ਵਾਹਿਗੁਰੂ ਜੀ, ਮੇਰਾ ਨਾਮ ਹੈਗਾ ਜੀ ਰਮਨਦੀਪ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ ਯੂਟਿਊਬ ਚੈਨਲ ਅਤੇ ਖੇਤੀ ਖਬਰ ਫੇਸਬੁੱਕ ਪੇਜ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬਹੁਤ ਹੀ ਵਧੀਆ ਵੀਡੀਓ ਤੁਹਾਡੇ ਦਰਮਿਆਨ ਸ਼ੇਅਰ ਕਰ ਰਹੇ ਹਾਂ ਜੀ। ਅੱਜ ਤੁਹਾਨੂੰ ਜਿਹੜੀ ਜ਼ਮੀਨ ਮਿਲੂਗੀ ਜੀ, ਬਹੁਤ ਹੀ ਵਧੀਆ ਜ਼ਮੀਨ, ਥੋੜ੍ਹੀ ਜ਼ਮੀਨ ਦੇ ਵਿੱਚ ਆਪਦੀ ਮੋਟਰ ਮਿਲੂਗੀ, ਵਧੀਆ ਟੱਕ ਮਿਲੂਗਾ ਜੀ। ਅਤੇ ਸਾਰੇ ਵੀਰਾਂ ਨੂੰ ਇਹੋ ਜਿਹੀ ਐਡ ਦੀ ਬਹੁਤ ਕਮੈਂਟ ਸੀਗੇ, ਤਾਂ ਉਹਨਾਂ ਸਾਰਿਆਂ ਦੀ ਪੂਰਤੀ ਕਰਨ ਲਈ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ, ਕੋਠੀ, ਮਕਾਨ ਦੀ ਐਡ ਸਾਡੇ ਚੈਨਲ 'ਤੇ ਕਰਵਾਉਣਾ ਚਾਹੁੰਦੇ ਹੋ, ਤਾਂ ਇਸ ਤਰ੍ਹਾਂ ਵੀਡੀਓ ਜਿਸ ਤਰ੍ਹਾਂ ਚੱਲ ਰਹੀ, ਇਸ ਤਰ੍ਹਾਂ ਫੋਨ ਨੂੰ ਫੜ ਕੇ ਸਾਨੂੰ ਐਡ ਭੇਜਣੀ ਹੈ ਜੀ। ਉਦੋਂ ਬਾਅਦ ਤੁਹਾਡੀ ਐਡ ਹੈ ਸਾਡੇ ਸਾਰੇ ਪਲੇਟਫਾਰਮਾਂ 'ਤੇ ਅਸੀਂ ਲਾ ਦਿਆਂਗੇ। ਐਡ ਵਿੱਚ ਤੁਸੀਂ ਵੀਡੀਓ ਬਣਾ ਕੇ ਭੇਜਣੀ ਹੈ, 5-6 ਮਿੰਟਾਂ ਦੀ ਵੀਡੀਓ ਹੋਵੇ, ਸਾਰਾ ਕੁਝ ਦਿਖਾਇਆ ਹੋਵੇ ਜੀ, ਜਾਣੀ ਕਿ ਰਸਤਾ, ਮੋਟਰ, ਪਾਣੀ ਦਾ ਕੀ ਸਾਧਨ ਹੈ, ਨਹਿਰ ਦਾ ਪਾਣੀ ਹੈਗਾ ਕਿ ਨਹੀਂ, ਕਿੰਨਾ ਕੁ ਵਾਹਣ ਹੈ ਜੀ, ਹਰ ਤਰ੍ਹਾਂ ਦੀ ਜਿੰਨੀ ਵੀ ਇਨਫੋਰਮੇਸ਼ਨ ਤੁਹਾਡੇ ਰਿਗਾਰਡਿੰਗ ਹੈਗੀ ਹੈ, ਆਸੇ ਪਾਸੇ ਦਾ ਮਾਹੌਲ ਕੀ ਹੈ, ਤਕਸੀਮ ਟੱਕ ਹੈਗਾ ਕਿ ਨਹੀਂ, ਇਹ ਸਾਰੀ ਜਾਣਕਾਰੀ ਸਾਡੇ ਵਟਸਐਪ ਨੰਬਰ 'ਤੇ ਭੇਜ ਦਿਓ। ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ 'ਤੇ ਅਸੀਂ ਚਲਾ ਦਿੱਤਾ ਗਿਆ ਜੀ, ਨੰਬਰ ਨੋਟ ਕਰ ਲਓ 98 77 98 84 46। ਇਹ ਨੰਬਰ 'ਤੇ ਸਾਨੂੰ ਐਡ ਭੇਜਣ ਲਈ ਨੰਬਰ ਦਿੱਤਾ ਗਿਆ। ਜੇਕਰ ਤੁਸੀਂ ਜਿਹੜੀ ਅਸੀਂ ਹੁਣ ਜ਼ਮੀਨ ਦੱਸਣ ਜਾ ਰਹੇ ਹਾਂ ਖਰੀਦਣਾ ਚਾਹੋਗੇ, ਤਾਂ ਇਹਨਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਦੇ ਦਿੱਤਾ ਜਾਊਗਾ ਜੀ, ਸਾਰੀ ਜਾਣਕਾਰੀ ਦੇ ਨਾਲ। ਠੀਕ ਹੈ ਜੀ, ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈਗਾ ਜੀ। ਹੁਣ ਆਪਾਂ ਕਰਦੇ ਹਾਂ ਜੀ ਮੇਨ, ਆਪਾਂ ਵੀਡੀਓ ਦੇ ਜਿਹਦੇ ਕਰਕੇ ਆਪਾਂ ਲਾਈਵ ਹੋਏ ਹਾਂ। ਠੀਕ ਹੈ ਜੀ, 4 ਕਿੱਲੇ ਜ਼ਮੀਨ ਲੈ ਕੇ ਆਏ ਹਾਂ ਜੀ, 4 ਕਿੱਲੇ ਜ਼ਮੀਨ ਲੈ ਕੇ ਆਏ ਹਾਂ। ਕਾਫੀ ਵੀਰਾਂ ਦੀ ਡਿਮਾਂਡ ਸੀ ਕਿ ਘੱਟ ਜ਼ਮੀਨ ਦੇ ਵਿੱਚ ਸਾਨੂੰ ਮੋਟਰ ਕਨੈਕਸ਼ਨ ਲੱਗਿਆ ਹੋਇਆ ਚਾਹੀਦਾ, ਕੁੱਲ 4 ਕਿੱਲੇ ਜ਼ਮੀਨ ਲੈ ਕੇ ਆਏ ਹਾਂ ਜੀ। ਅਤੇ ਪਿੰਡ ਦੇ ਬਿਲਕੁਲ ਨਾਲ ਹੈ ਜ਼ਮੀਨ, ਜਾਣੀ ਕਿ ਨਈ ਵਾਲਾ ਖੇਤ ਦੇ ਵਿੱਚ ਤੁਹਾਨੂੰ ਜ਼ਮੀਨ ਮਿਲੂਗੀ, ਅਤੇ ਵਧੀਆ ਫਸਲ ਹੁੰਦੀ ਹੈ ਜੀ, ਹਰ ਤਰ੍ਹਾਂ ਦੀ ਫਸਲ ਤੁਹਾਨੂੰ ਦੇਖਣ ਨੂੰ ਮਿਲ ਜੂਗੀ, ਜਾਣੀ ਕਿ ਝੋਨਾ ਜ਼ਮੀਨ ਦੇ ਵਿੱਚ ਲੱਗਦਾ। ਆਪਦੀ ਮੋਟਰ ਹੈ ਜੀ, ਕਿਸੇ ਨਾਲ ਕੋਈ ਸਾਂਝਾ ਨਹੀਂ ਕੰਮ, ਮੋਟਰ ਵਾਲਾ ਵੀ ਸੜਕ ਦਾ ਫਰੰਟ ਲੱਗਦਾ ਜੀ, ਜਾਣੀ ਕਿ ਪਹੀ ਵਗੈਰਾ ਦਾ ਵੀ ਤੁਹਾਡਾ ਕੋਈ ਕਿਸੇ ਨਾਲ ਰੌਲਾ ਨਹੀਂ, ਸਿੱਧਾ ਤੁਸੀਂ ਸੜਕ ਤੋਂ ਆਪਦੇ ਵਾਹਨ ਦੇ ਵਿੱਚ ਐਂਟਰ ਹੋ ਜਾਓਗੇ ਜੀ। ਅਤੇ ਇਹ ਸ਼ਹਿਰ ਤੋਂ 1/2 ਕਿਲੋਮੀਟਰ ਦੂਰ ਹੈ ਜੀ, ਅਤੇ ਜ਼ਮੀਨ ਹੈਗੀ ਜੀ ਪੰਜਾਬ ਸੰਗਰੂਰ ਜ਼ਿਲ੍ਹੇ ਦੀ। ਠੀਕ ਹੈ ਜੀ, ਬਾਕੀ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ, ਇਹਨਾਂ ਨੰਬਰਾਂ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਨੰਬਰ ਤੁਹਾਡੀ ਸਕਰੀਨ ਦੇ ਉੱਪਰ ਚਲਾ ਦਿੱਤਾ ਗਿਆ ਜੀ, ਨੰਬਰ ਹੈਗਾ ਜੀ 84 271 ਅਤੇ 54 764। ਠੀਕ ਹੈ ਜੀ, ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ, ਸਾਰੀ ਇਨਫੋਰਮੇਸ਼ਨ ਇਹਨਾਂ ਤੋਂ ਲੈ ਲੈਣੀ ਹੈ ਜੀ। ਅਤੇ ਜਦੋਂ ਵੀ ਤੁਸੀਂ ਜ਼ਮੀਨ ਦਾ ਕਿਸੇ ਦਾ ਵੀ ਸੌਦਾ ਕਰਦੇ ਹੋ, ਤਾਂ ਤੁਸੀਂ ਔਨਲਾਈਨ ਕਿਸੇ ਨੂੰ ਕੋਈ 1 ਪੰਜੀ ਦਾ ਲੈਣ ਦੇਣ ਵੀ ਨਹੀਂ ਕਰਨਾ। ਜੇਕਰ ਤੁਸੀਂ ਕਿਸੇ ਨਾਲ ਡੀਲ ਕਰਨੀ ਹੈ, ਤਾਂ ਤੁਸੀਂ ਜਾ ਕੇ ਵਿਜ਼ਿਟ ਕਰੋ, ਚੈੱਕ ਕਰੋ, ਸਾਰੀ ਚੀਜ਼ ਚੈੱਕ ਕਰਨ ਤੋਂ ਬਾਅਦ ਹੀ ਤੁਸੀਂ ਅਗਲੇ ਨਾਲ ਮੌਕੇ 'ਤੇ ਫੇਸ ਟੂ ਫੇਸ, ਜਾਣੀ ਕਿ ਮੂੰਹ ਦੇ ਉੱਪਰ ਕਿਸੇ ਤਰ੍ਹਾਂ ਦੀ ਸਾਈ ਵਗੈਰਾ ਕਰਨੀ ਤਾਂ ਕਰ ਸਕਦੇ ਹੋ। ਅੱਜ ਕੱਲ੍ਹ ਨੈੱਟ ਦੇ ਉੱਪਰ ਕਾਫੀ ਜਿਹੜੀ ਹੇਰਾ ਫੇਰੀਆਂ ਦਾ ਸਿਸਟਮ ਚੱਲਿਆ ਹੋਇਆ, ਕਈ ਵਾਰੀ ਕੋਈ ਫੇਕ ਐਡ ਕਰਵਾ ਦਿੰਦਾ, ਜਿਹਦੇ ਕਰਕੇ ਚੱਕਰਾਂ ਦੇ ਵਿੱਚ ਵੀਰਾਂ ਦਾ ਨੁਕਸਾਨ ਹੋ ਜਾਂਦਾ। ਤਾਂ ਕਰਕੇ ਐਡ ਤੋਂ, ਫੇਕ ਤੋਂ ਬਚਣ ਦੇ ਲਈ ਤੁਸੀਂ ਕੋਈ ਜ਼ਮੀਨ ਜ਼ਰੂਰ ਚੈੱਕ ਕਰ ਲਿਆ ਕਰੋ। ਬਾਕੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰਕੇ ਚੜਾਉਂਦੇ ਹੁੰਦੇ ਹਾਂ ਐਡ, ਅਗਲੇ ਦਾ ਆਧਾਰ ਕਾਰਡ ਵਗੈਰਾ ਮੰਗ ਕੇ ਉਦੋਂ ਬਾਅਦ ਹੀ ਅਸੀਂ ਐਡ ਪਬਲਿਸ਼ ਕਰਦੇ ਹੁੰਦੇ ਹਾਂ ਜੀ। ਪਰ ਫਿਰ ਵੀ ਇੱਕ ਵਾਰੀ ਤੁਸੀਂ ਚੈੱਕ ਜ਼ਰੂਰ ਕਰਿਆ ਕਰੋ, ਜਾ ਕੇ ਜ਼ਰੂਰ ਦੇਖਿਆ ਕਰੋ, ਕਿਉਂਕਿ ਆਪਣਾ ਇਹ ਲੱਖਾਂ ਦਾ ਸੌਦਾ, ਕੋਈ 2-4 ਰੁਪਈਆਂ ਤਾਂ ਗੱਲ ਹੁੰਦੀ ਨਹੀਂ। ਬਾਕੀ ਜੇਕਰ ਤੁਸੀਂ ਵੀ ਕੋਈ ਆਪਣੀ ਖਾਸ ਏਰੀਏ ਦੀ ਕੋਈ ਜ਼ਮੀਨ ਦੇਖਣਾ ਚਾਹੁੰਦੇ ਹੋ, ਤਾਂ ਸਾਨੂੰ ਕਮੈਂਟਾਂ ਵਿੱਚ ਆਪਣੇ ਏਰੀਏ ਦਾ ਨਾਂ ਦੱਸਿਓ, ਕਿੰਨੇ ਕਿੱਲੇ ਜ਼ਮੀਨ ਚਾਹੀਦੀ ਹੈ ਜ਼ਰੂਰ ਦੱਸਿਓ, ਮੋਟਰ ਵਗੈਰਾ ਕਿੰਨੇ ਕਿੱਲਿਆਂ ਚਾਹੀਦੇ ਤੁਹਾਨੂੰ, ਅਤੇ ਕੋਠੀਆਂ ਵਗੈਰਾ ਦੀ ਐਡ ਵੀ ਅਸੀਂ ਕਰਦੇ ਹਾਂ ਜੀ, ਉਹ ਵੀ ਤੁਸੀਂ ਭੇਜ ਸਕਦੇ ਹੋ। ਅਤੇ ਕਮੈਂਟਾਂ ਜ਼ਰੂਰ ਦੱਸੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ, ਤਦ ਤੱਕ ਲਈ ਰੱਬ ਰੱਖ ਜੀ।